ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਬੱਚਿਓ ਅੱਜ ਦਾ ਸ਼ਬਦ ਤਨਾਸਰੀ ਰਾਗ ਵਿੱਚ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਸੋ ਆਓ ਪਹਿਲੇ ਅਸੀ ਰਹਾਉ ਦੇ ਬੰਦ ਦਾ ਗਾਇਨ ਕਰੀਏ ठाकुर गाइए आत्मरंग रंग शर्नी पावन नाम त्यावन सैज समावन संग राव आत्मरंग रंग तो भाव है दिली प्यार नाल गाइए गाना चाहिदा है ठाकुर गाइए आत्मरंग रंग ठाकुर तो भाव है परमात्मा ਇਸ ਦਾ ਉਚਾਰਨ ਠਾਕੂ ਰਹੀ ਕਰਨਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਠਾਕਰ ਉਚਾਰਨ ਕਰਾਂਗੇ ਤਾਂ ਉਸ ਦਾ ਭਾਵ ਹੁੰਦਾ ਹੈ ਪੱਥਰ ਸੋ ਠਾਕੂ ਗਾਇ ਹੈ ਆਤਮ ਰੰਗ ਹੇ ਭਾਈ ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਸਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਸੈਦ ਤੋਂ ਭਾਵ ਹੈ ਆਤਮਕ ਅਡੋਲਤਾ ਵਿੱਚ ਸੰਗ ਨਾਲ ਉਸ ਪਰਮਾਤਮਾ ਦੀ ਸ਼ਰਨ ਵਿੱਚ ਟਿਕੇ ਰਹਿਣਾ ਉਸ ਦਾ ਸਿਮਰਨ ਕਰਨਾ ਇਸ ਤਰੀਕੇ ਨਾਲ ਆਤਮਕ ਅਡੋਲਤਾ ਵਿੱਚ ਟਿਕ ਕੇ ਉਸ ਵਿੱਚ ਲੀਨ ਹੋ ਜਾਇਦਾ ਹੈ ਸ਼ਬਦ ਦੇ ਪਹਿਲੇ ਬੰਦ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੂਰਾ ਜਾਂ ਕੋ ਜਿਸ ਮਨੁੱਖ ਨੂੰ ਰੰਗ ਪ੍ਰੇਮ ਇਸ ਯੁਗ ਮੈਂ ਇਸ ਜਗਤ ਵਿੱਚ ਸੂਰਾ ਤੋਂ ਭਾਵ ਹੈ ਸੂਰਮਾ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਤ ਹੈ ਸੂਰਾ ਹੇ ਭਾਈ ਇਸ ਜਗਤ ਵਿੱਚ ਉਹ ਮਨੁੱਖ ਸੂਰਮਾ ਆਖਿਆ ਜਾਂਦਾ ਹੈ ਜਿਸ ਦੇਹ ਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਹੈ ਪ੍ਰਭੂ ਦਾ ਪਿਆਰ ਤੋਂ ਭਾਅ ਪ੍ਰਭੂ ਦੇ ਜੀਵਾਂ ਨਾਲ ਪਿਆਰ ਗੁਰਬਾਣੀ ਨਾਲ ਪਿਆਰ ਆਤਮ ਜਿਣੇ ਸਦਲ ਵਸਤਾ ਕੈ ਜਾਂ ਕਾ ਸਤਗੁਰ ਪੂਰਾ ਆਤਮ ਆਪਣੇ ਆਪ ਨੂੰ ਆਪਣੇ ਮਨ ਨੂੰ ਜਿਣੇ ਤੋਂ ਭਾਵ ਹੈ ਜਿੱਤ ਲੰਦਾ ਹੈ ਵਸ ਵਸ ਵਿੱਚ ਤਾਂ ਕਹਿ ਵਸ ਉਸ ਦੇ ਵਸ ਵਿੱਚ ਪੂਰਾ ਗੁਰੂ ਜਿਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ ਸਤਗੁਰ ਪੂਰਾ ਪੂਰਾ ਗੁਰੂ ਜਿਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਆਤਮ ਜੀ ਨੇ ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਸਗਲ ਵਸ ਸਾਰੀ ਸ੍ਰਿਸ਼ਟੀ ਉਸ ਦੇ ਵਸ ਵਿੱਚ ਆ ਜਾਂਦੀ ਹੈ ਦੁਨੀਆ ਦਾ ਕੋਈ ਪਦਾਰਥ ਉਸ ਨੂੰ ਮੋਹ ਨਹੀਂ ਸਕਦਾ। ਆ ਕੋਰਹਾ ਵਾਲੀ ਪੰਕਤੀ ਹੈ ਜਿਸ ਦਾ ਸਿਪਾਵਰਥ ਕਰ ਚੁੱਕੇ ਹਾਂ। ਠਾਕੁਰ ਗਾਈਐ ਆਤਮ ਰੰਗ ਸ਼ਰਣੀ ਪਾਮੰਨਾਮ ਧਿਆਵਨ ਸਹਿਜ ਸਮਾਮਨ ਸੰਗ। ਇਹ ਪਾਈ ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਇਸ ਉਸ ਪਰਮਾਤਮਾ ਦੀ ਸ਼ਰਣ ਵਿੱਚ ਟਿਕੇ ਰਹਿਣਾ ਉਸ ਦਾ ਨਾਮ ਸਿਮਰਨਾ ਇਸ ਤਰੀਕੇ ਨਾਲ ਆਤਮਕ ਅਡੋਲਤਾ ਵਿੱਚ ਟਿਕ ਕੇ ਉਸ ਵਿੱਚ ਲੀਨ ਹੋ ਜਾਈਦਾ ਹੈ ਰਹਾਉ ਜਨਕੇ ਚਰਨ ਵਸੈ ਮੇਰਾ ਹਿਰ ਰੈ ਸੰਗ ਪੁਨੀਤਾ ਦੇਹੀ ਵਸੈ ਵਸ ਪੈਣ ਮੇਰਾ ਹਿਰ ਹੈ ਮੇਰੇ ਹਿੱਤੇ ਵਿੱਚ ਪੁਨੀਤਾ ਪਵਿੱਤਰ ਦੇਹੀ ਸਰੀਰ हे कृपा ਦੇ ਖਜ਼ਾਨੇ ਪ੍ਰਭੂ ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿੱਚ ਵਸ ਪੈਣ ਤਾਂ ਉਹਨਾਂ ਦੀ ਸੰਗਤ ਵਿੱਚ ਮੇਰਾ ਸਰੀਰ ਪਵਿੱਤਰ ਹੋ ਜਾਏ ਜਨਕੀ ਧੂਰ ਦੇ ਹੋ ਕਿਰਪਾ nid ਨਾਨਕ ਕੈ ਸੁਖ ਇਹੀ ਕਿਰਪਾ nid nid ਤੋਂ ਭਾਵ ਹੁੰਦਾ ਹੈ ਖਜ਼ਾਨਾ ਕਿਰਪਾ ਦਿਹੇ ਕਿਰਪਾ ਦੇ ਖਜ਼ਾਨੇ ਨਾਨਕ ਕਹਿ ਨਾਨਕ ਦੇ ਹਿੱਤੇ ਵਿੱਚ ਮਿਹਰ ਕਰ ਮੈਨੂੰ ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖਸ਼ ਮੈਂ ਨਾਨਕ ਵਾਸਤੇ ਸਭ ਤੋਂ ਵੱਡਾ ਇਹੀ ਸੁਖ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ